ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਾਹਰ ਫਲੇਵਰ ਨਾਂ ਦਾ ਪਿੰਡ ਉੱਥੇ ਗੁਰਦੁਆਰਾ ਸਾਹਿਬ ਬਣੇ ਨੇ ਆਪਣੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਇੱਥੇ ਬਣਾਉਂਦੇ ਪਏ ਨੇ ਜਦੋਂ ਆਪਾਂ ਲਿਆ ਨਵਾਂ ਘਰ ਐਵੇਂ ਦੀ ਰਸੋਈ ਦਵਾਣੀ ਪੱਕੀ ਚਲੀਏ ਮਕਾ ਆ ਜਾ ਫਿਰ ਬਾਹਰ ਚਲੀ ਡੈਡੀ ਮੈਂ ਬੈਲਟ ਲਾਣੀ ਤੇ ਭੁੱਲ ਗਿਆ ਸੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਦਾ ਚੈਨਲ ਜੀ ਅਤੇ ਵੈਲਕਮ ਹੈ ਜੀ ਫੈਮਿਲੀ ਬਲੌਗ ਦੇ ਵਿੱਚ ਅਤੇ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਨਾਲ ਸ਼ੁਰੂ ਕਰਨਾ ਜੀ ਆ ਜੀ ਆਪਣੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਪਿੱਛੇ ਬੈਠੇ ਨੇ ਬੇਬੇ ਜੀ ਬੇਬੇ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਆਪਣੇ ਮੋਹਕਮ ਸਿੰਘ ਜੀ ਸੋ ਜੀ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਜਾ ਰਹੇ ਆਪਾਂ ਬਰੇਸ਼ੀਆ ਅਤੇ ਜਦੋਂ ਅਸੀਂ ਨਵੇਂ ਨਵੇਂ ਆਏ ਸੀ 2006 ਦੇ ਵਿੱਚ ਇਟਲੀ ਦੇ ਵਿੱਚ ਉਦੋਂ ਗੁਰਦੁਆਰਾ ਸਾਹਿਬ ਜਾਇਆ ਜਾਂਦੇ ਸੀ ਹੈ ਨਾ ਡੈਡੀ ਆਪਾਂ ਜਾਂਦੇ ਸੀ ਨਾ ਬੱਸ 'ਤੇ ਟ੍ਰੇਨ 'ਤੇ ਜਾਂਦੇ ਰਹੇ 3-4 ਸਾਲ ਜਾਂਦੇ ਰਹੇ ਆਪਾਂ ਅਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਇੱਥੇ ਆਪਣੇ ਨੇੜੇ ਬਣ ਗਏ ਸਨ ਮੁਨੀਫਾਤ 'ਚੋਂ ਫਿਰ ਆਪਾਂ ਇੱਥੇ ਜਾਣਾ ਸ਼ੁਰੂ ਕਰਤਾ ਅਤੇ ਕਾਫੀ ਟਾਈਮ ਹੋ ਚੁੱਕਿਆ ਸੀ ਕਿ ਗੁਰਦੁਆਰਾ ਸਾਹਿਬ ਨਹੀਂ ਜਾ ਕੇ ਆਏ ਅਤੇ ਆਪਣੀ ਥੋੜ੍ਹੀਆਂ ਯਾਦਾਂ ਜਿਹੀਆਂ ਨਵੀਆਂ ਹੋ ਜਾਂਦੀਆਂ ਅਤੇ ਦਰਸ਼ਨ ਕਰ ਰਹੇ ਨੇ ਗੁਰਦੁਆਰਾ ਸਾਹਿਬ ਜੀ ਦੇ ਵੀ ਆਪਣੇ ਜਿਹੜੇ ਪੁਰਾਣੇ ਦਿਨ ਯਾਦ ਹੋ ਜਾਂਦੇ ਨੇ ਸੋ ਅੱਜ ਦੇ ਵਲੋਗ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿਹੜੇ ਕਿ ਬ੍ਰੇਸ਼ੇ ਦੇ ਵਿੱਚ ਬਣੇ ਹੋਏ ਨੇ ਅਤੇ ਪੁਰਾਣੇ ਬੁੱਢੇ ਸਮਾਨ ਨਹੀਂ ਸੀ ਵੇਚਦੇ ਹੁੰਦੇ ਸੰਭਾਲ ਕੇ ਰੱਖਦੇ ਹੁੰਦੇ ਸੀ ਲੋ ਜੀ ਅਤੇ ਆਹ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਕਾਫੀ ਖੁੱਲ੍ਹੀ ਪਾਰਕਿੰਗ ਹੈ ਅਤੇ ਆਹ ਬੈਕ ਸਾਈਡ 'ਤੇ ਗੁਰਦੁਆਰਾ ਸਾਹਿਬ ਨੇ ਅਤੇ ਹੁਣ ਆਪਾਂ ਅੰਦਰ ਜਾਣਾ ਦਰਸ਼ਨ ਕਰਨ ਵਾਸਤੇ ਜੋੜੇ ਲਾ ਲਈਏ ਇੱਥੇ ਹੈ ਨਹੀਂ ਇੱਥੇ ਲਾ ਲੈਂਦੇ ਆਪਾਂ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਅਦ ਵਿੱਚ ਲਿਖਦੇ ਨੇ ਵੀ ਪੰਜ ਪਿਆਲੇ ਪੰਜ ਪੀਰ ਛਕਮ ਪੀਰ ਬੈਠਾ ਪੁਰ ਭਾਰੀ ਇਤਿਹਾਸ ਦੇ ਵਿੱਚ ਬਿਲਕੁਲ ਦਰਜ ਹੈ ਕਿਹੜਾ ਪੁਰਖ ਹੈ ਭਾਰੀ ਚਾਹ ਦਾ ਲੰਗਰ ਹੈਗਾ ਇੱਥੇ ਪ੍ਰਸ਼ਾਦ ਛਕ ਲਈ ਜਿੱਦਾਂ ਚਲੋ ਚਲਾ ਜਾਓ ਆ ਜਾਓ ਹਾਂਜੀ ਹਾਂਜੀ ਛਕ ਲਿਆ ਪ੍ਰਸ਼ਾਦਾ ਜੀ ਇਹ ਬਿਲਡਿੰਗ ਡੈਡੀ ਨਵੀਂ ਬਣਦੀ ਫਿਰ ਹਨਾ ਅਤੇ ਪਹਿਲਾਂ ਜਿਵੇਂ ਗੁਰਦੁਆਰਾ ਸਾਹਿਬ ਇੱਥੇ ਤੱਕ ਹੀ ਸੀ ਅਤੇ ਬਿਲਡਿੰਗ ਜਿਹੜੀ ਇਹਨਾਂ ਨੇ ਨਵੀਂ ਲਈ ਇੱਥੇ ਗੁਰਦੁਆਰਾ ਸਾਹਿਬ ਜੀ ਵਾਲਿਆਂ ਨੇ ਅਤੇ ਤਿਆਰੀ ਚੱਲਦੀ ਵੀ ਅਜੇ ਅਤੇ ਅੰਦਰੋਂ ਜਿਵੇਂ ਕੰਮ ਚੱਲਦਾ ਵਾ ਜੇ ਤਿਆਰੀ ਕਰਦੇ ਪਏ ਨੇ ਪੂਰੀ ਆਪਣੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਇੱਥੇ ਬਣਾਉਂਦੇ ਪਏ ਨੇ ਅਤੇ ਜਿਵੇਂ ਆਪਾਂ ਇੰਡੀਆ ਵਾਲੇ ਮਾਹੌਲ ਦੇਖੀਏ ਤਾਂ ਉਵੇਂ ਦਾ ਮਾਹੌਲ ਨਹੀਂ ਹੈ ਕਿ ਜਿਵੇਂ ਆਪਣੇ ਗੁੰਬਦ ਬਣੇ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਉਵੇਂ ਦਾ ਨਹੀਂ ਹੈਗਾ ਪਰ ਫਿਰ ਵੀ ਬੜੀ ਵੱਡੀ ਪ੍ਰਾਪਤੀ ਇੱਥੇ ਆ ਕੇ ਵੀ ਇਹ ਸਾਰਾ ਕੁਛ ਦੇਖੋ ਕੰਮ ਚੱਲਦਾ ਪਿਆ ਵਾਲੇ ਹਾਲ ਦੇ ਵਿੱਚ ਅਤੇ ਉਹ ਜਿਹੜੀ ਆਪਾਂ ਨੂੰ ਸੰਗਤਰੀ ਜੀ ਕੰਧ ਦਿਖਦੀ ਵੀ ਉਹ ਮੇਨ ਹਾਲ ਜਿੱਥੇ ਆਪਾਂ ਦਰਸ਼ਨ ਕਰਕੇ ਆਏ ਹੁਣ ਅਤੇ ਅਜੇ ਤਾਂ ਟਾਈਮ ਲੱਗੇਗਾ ਹੈ ਨਾ ਡੈਡੀ ਇੱਥੇ ਕੰਮ ਵਾਹਵੇ ਪਿਆ ਹਾਂਜੀ ਬੇਟੇ ਇੱਥੇ ਬਾਬਾ ਜੀ ਦੀ ਬੀੜ ਸਜਾਈ ਜਾਏਗੀ ਨਵਾਂ ਹਾਲ ਬਣਾਉਂਦੇ ਪਏ ਨੇ ਅੱਛਾ 30% ਰਹਿ ਗਿਆ ਪਰ ਚੱਲਦਾ ਪਿਆ ਕੰਮ ਨਿਬੇੜ ਹੀ ਦਿੰਦੇ ਨੇ ਟਾਈਮ ਨਾਲ ਇੱਥੇ ਅਤੇ ਫਿਰ ਗੁਰਦੁਆਰਾ ਸਾਹਿਬ ਦੂਜੇ 'ਚ ਵੀ ਜਾ ਕੇ ਆਉਣਾ ਜਿਹੜੇ ਸੈਂਟਰ 'ਚ ਬਣਿਆ ਸਾਈਡ ਦੇ ਉੱਧਰ ਵੀ ਚੱਲੀਏ ਚਲ ਠੀਕ ਹੈ ਜੀ ਗੁਰਦੁਆਰਾ ਸਾਹਿਬ ਜਿਵੇਂ ਕਹੋ ਸ਼ਹਿਰ ਜਿਹੜਾ ਬਰੇਸ਼ੀਆ ਇੱਥੇ ਵੀ ਆਪਣੀ ਸੰਗਤ ਜ਼ਿਆਦਾ ਹੈ ਅਤੇ ਇਸ ਕਰਕੇ ਜਿਹੜੇ ਗੁਰਦੁਆਰਾ ਸਾਹਿਬ ਨੇ ਸ਼ਹਿਰ ਦੇ ਵਿੱਚ ਵੀ ਬਣੇ ਹੋਏ ਨੇ ਅਤੇ ਆਹ ਜਿਹੜੇ ਆਪਾਂ ਬਾਹਰ ਫਲੇਵਰ ਨਾਂ ਦਾ ਪਿੰਡ ਉੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇੱਥੋਂ ਦਰਸ਼ਨ ਕਰਨੇ ਆ ਅਤੇ ਉਸ ਤੋਂ ਬਾਅਦ ਫਿਰ ਉਹ ਵਾਲੇ ਗੁਰਦੁਆਰਾ ਸਾਹਿਬ ਵੀ ਦਰਸ਼ਨ ਕਰਨ ਜਾਵਾਂਗੇ ਹੁਣ ਹੁਣ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਵੀ ਇਹ ਬਰੇਸ਼ੀਆ ਸ਼ਹਿਰ ਦੇ ਵਿੱਚ ਪੈ ਜਾਂਦਾ ਜ਼ਿਆਦਾ ਨੇੜਾ ਬਰੇਸ਼ੀਆ ਸ਼ਹਿਰ ਦੇ ਵਿੱਚ ਪੈਂਦਾ ਅਤੇ ਹੁਣ ਆਪਾਂ ਕਹਿ ਜਾਂਦੇ ਜਾਂਦੇ ਆਏ ਤੇ ਦਰਸ਼ਨ ਕਰਕੇ ਜਾਂਦੇ ਹਾਂ ਇੱਥੇ ਵੀ ਪੈਰ
हाल है जो उपर बनाया ना उपरले पास दो लेवल से भी गुरुद्वारा साहब है भी जी हम आप थले दर्शन करके आए हैं तो उपरो पासे लंगर आल बनाया हाथ तोड़ो हाँ जी चलो जी मेरी गल सुन ऑप्टिमस प्राइम रोंदे थोड़ी ने आ देखी लिखे टी शर्ट के उपर ऑप्टिमस प्राइम भी कहना तू बहादुर बच्चे थोड़े रोंदे होंगे ने खिडौने पिछे रोन लग गए आप हम चले मार्केट तेन लै के मम्मी डैडी नूं घर छड्डदा है मोकम नूं घर छड्डदा है हुण मम्मा तू सैबी आपां चलिया मार्केट आ जाओ भाजी हुण ना रोयो लो जी हुण दिन की दूजी शिफ्ट शुरू हो गई बेटे इधर आ जा दूजी शिफ्ट मतलब गुरुद्वारा साहब गए सी आपां देखे सी ते घर दा हुण समान रह गया सी लैके आण दा हुण मार्केट चलिया ते तुहानूं दिखाने मार्केटां दे टूर कराने छोटा जिहा फिर एक गल होर है बीबी ਆਪਾਂ ਇੰਡੀਆ ਤੇ ਹੁੰਦਾ ਵੀ ਵਿੱਚ ਕੁਛ ਛੁਟਕਾ ਛੁਟ ਜਾਈਦਾ ਤੇ ਹੁਣ ਗੱਡੀ ਦੀਆਂ 5 ਸੀਟਾਂ ਵੀ ਅਸੀਂ ਆ G7 ਤੇ ਸਾਰੇ ਇੱਥੇ ਬਹਿ ਨਹੀਂ ਸਕਦੇ ਕਿ ਰੂਲ ਦੇ ਹਿਸਾਬ ਨਾਲ ਫਿਰ ਇਸ ਕਰਕੇ ਸਾਨੂੰ ਥੋੜੀ ਜਿਹੀ ਐਡਜਸਟਮੈਂਟ ਕਰਨੀ ਪੈਂਦੀ ਹੈ ਤੇ ਫਿਰ ਇਸ ਕਰਕੇ ਵਾਰੀ ਵਾਰੀ ਜਾਈਦੇ ਨੇ ਘਰ ਦੇ ਕੰਮ ਕਰੀਦੇ ਨੇ ਨੀ ਨੇ ਸਤਿ ਸ਼੍ਰੀ ਅਕਾਲ ਜੀ ਬਾਣੀ ਬੇਟੇ ਆਪਾਂ ਚੱਲਿਆ ਹੁਣ ਪਹਿਲਾਂ ਇੰਪਰਗ੍ਰਾਮ ਦੇ ਜਿੱਥੋਂ ਮੰਮਾ ਕਹਿੰਦੀ ਵੀ ਕੱਪੜੇ ਕੁਪੜੇ ਦੇਣੇ ਨੇ ਫਿਰ ਆਪਾਂ ਦੂਜੀ ਜਾਣਾ ਜਿੱਥੋਂ ਸੌਦਾ ਸੁੱਦਾ ਦੇਖ ਜਾਣਾ ਠੀਕ ਹੈ सरदार जी हस के दिखायो सरदार जी कोड़े सुभा है सरदार कितने हसदा हूं है भैन जी आ गए कहते पापा जी कौन है इंग्रेसो मतलब एंट्रेंस भी जिथू आप दाखिल हो सकने दाखिल आप इतों आना हूँ खुल जा सिम सिम ठीक है जादू खुल जा सिम सिम फिर हाँ ना जादू देखे पापा जो तो आप यार नव घर एवं की रसोई लवानी पक्की गल है तो घेंट काम पा हो कि बस ए रसोई जलवानी 6250 एरो लगने ने उपर गलबात पूरी है रसोईया रसाइया घेंट लाइया है वे इतनी कि सामने उड़ते सारी इवें तो घेंट जो समान ला देने बंदा आ जाए मूड बन जाए वह कुछ ना कुछ लैके जाए ए देखी पौड़िया लाइया जलानी हम आह बात है नव घर लाँगे तो पक्का लैके देंगे आप जरूर जरूर वाह क्या बात है जी ये आप कहने ऑफर लगी है आप जो कहने ऑफर लगी इतने इटली साल दी कहें स्कोंटो या साल की शब्द वरते हैं हाँ बिल्कुल हूँ इतने 70% तक लाया इन्होंने लेके भी ऑफर लगी आ जा बेटे क्या है चप्पल उतर कुछ नहीं होता बेटे तो हूँ आप देख सकते हैं आपको इतों अपने मतलब का कुछ लगता कि एवं लिख के लाया भी लालची दिता 70% लिख के उपर लगे कि लगे पजामा छिया छे छे लगे ने सारे तेरा रंग रंग का भी हिसाब लाया रंग के हिसाब नाल भी सस्ता महंगा चलता है हाँ सिंगल जी गोल गले वाली टी शर्ट लैनी आम 8 यूरो की एक जो 3 लाँगे 20 यूरो की आपको 3 मिल जाएंगे सो इदा डिस्काउंट लाए ने इतने इन्होंने तो मैं चलो ये भी दिखा दी पता लग जाएगा इटली के कपड़े के रेट रूट किन्ने देने किवें देने क्वालिटी वधिया है कल जी मैं टी शर्ट पाई है हाली कल ही अजे लैके आए भाजी के 10 यूरो पे किए कपड़ा बड़ा वधिया है जी कि डिस्काउंट लगी ऑलरेडी हाँ जी बेटा एक मिनट पा के देखने हूँ पहुंचे हैं जी अभी ग्रोसरी का समान लैन एक होर सुपर स्टोर के हूँ आप ग्रोसरी का समान लैना है कुलचा सिम सिम कुलचा सिम सिम तो भी तो इतों तुम रेट चेक कराने किटकेट का भी जी चॉकलेट है आपको सारे पास मिल जाती है तो 8 पैकेट ने किटकेट के 8 पैकेट ने
ਅਤੇ ਇੱਕ 75 ਦੀ ਆਪਾਂ ਨੂੰ ਪੈਂਦੀਆਂ ਨੇ 8 ਕਿਟਕੈਟ ਦੇ ਪੈਕਟ ਲੈਣੇ ਨੇ ਮਿੰਨੀ ਪੈਕਟ ਜਿਹੇ ਹੁੰਦੇ ਨੇ ਇਹਦੇ 'ਚ ਅਤੇ ਬਾਕੀ ਹੋਰ ਜਿਹੜੇ ਬੇਸਿਕ ਚੀਜ਼ਾਂ ਨੇ ਜਿਹੜੀ ਸਾਰੇ ਪਾਸੇ ਮਿਲਦੀਆਂ ਉਹ ਵੀ ਮੈਂ ਕਿਹਾ ਚੱਲ ਰੇਟ ਚੈੱਕ ਕਰਾ ਦੀ ਮਹਿੰਗਾਈ ਜਿਹੜੀ ਦਿਨੋਂ ਦਿਨ ਵੱਧਦੀ ਜਾਂਦੀ ਇਟਲੀ ਦੇ ਵਿੱਚ ਵੀ 20-30% ਦੇ ਵਿੱਚ ਚੀਜ਼ਾਂ ਦੇ ਵਿੱਚ ਫਰਕ ਪੈ ਗਿਆ ਹੁਣ ਰੇਟਾਂ ਦਾ ਇੱਥੇ ਕਿਸਮਾਂ ਚੈੱਕ ਕਰਾਨੇ ਇਟਲੀ ਦੇ ਵਿੱਚ ਪਾਸਤਾ ਕਿੰਨੀ ਤਰ੍ਹਾਂ ਦਾ ਮਿਲਦਾ ਅਤੇ ਸਭ ਤੋਂ ਪਹਿਲਾਂ ਆਹ ਦੇਖ ਲੈਂਦੇ ਹਾਂ ਆਪਾਂ ਵਟਾ ਵਾਲਾ ਪਾਸਤਾ ਮਿਲਦਾ ਹੈ ਇਹ ਘੁੰਗੜੀਆਂ ਜਿਹੜਾ ਪਾਸਤਾ ਜਿਹੜੇ 'ਤੇ ਆਪਾਂ ਉਹ ਕੱਢਦੇ ਨਹੀਂ ਹੈ ਕੀ ਕਹਿੰਦੇ ਨੇ ਭੂਕਣੇ 'ਚ ਕੱਢਦੇ ਹਾਂ ਤੇਲ 'ਚ ਪਾ ਕੇ ਉਵੇਂ ਦਾ ਫਿਰ ਤਿੱਤਲੀ ਵਾਲਾ ਫਰਫਾਲਾ ਪਾਸਤਾ ਕਹਿੰਦੇ ਨੇ ਤਿੱਤਲੀ ਵਾਲੇ ਪਾਸਤਾ ਮਿਲ ਜਾਂਦਾ ਇੱਥੋਂ ਅਤੇ ਹੋਰ ਜਿਵੇਂ ਕਹ ਲਓ ਛੱਲਿਆਂ ਵਾਲਾ ਪਾਸਤਾ ਕਹਿ ਸਕਦੇ ਹਾਂ ਆਪਣਾ ਦੇਸੀ ਭਾਸ਼ਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੇ ਮੈਂ ਵੀ ਸੌਖਾ ਤਰੀਕੇ ਨਾਲ ਪਤਾ ਲੱਗ ਜਾਵੇ ਫਿਰ ਇਹਨੂੰ ਕਹਿੰਦੇ ਨੇ ਸਪਾਗੇਤੀ ਪਾਸਤਾ ਜੇ ਡੰਡੀਆਂ ਵਾਲਾ ਹੁੰਦਾ ਫਿਰ ਉਸ ਤੋਂ ਇਲਾਵਾ ਹੋਰ ਕਿਹੜੀਆਂ ਕਿਸਮਾਂ ਨੇ ਘੁੰਗਣੀਆਂ ਵਾਲਾ ਸ਼ੰਖ ਵਾਲਾ ਪਾਸਤਾ ਕਹਿ ਸਕਦੇ ਇਹਨੂੰ ਆਪਾਂ ਅਤੇ ਘੋਗਿਆਂ ਸਿੱਪੀਆਂ ਵਾਲਾ ਵੀ ਕਹਿੰਦੇ ਮਤਲਬ ਬੜੀਆਂ ਵਰਾਇਟੀਆਂ ਦਾ ਪਾਸਤਾ ਮਿਲਦਾ ਇਟਲੀ ਦੇ ਵਿੱਚ ਵੀ ਕਈ ਕਿਹਦੇ ਨੇ ਅਤੇ ਬਣਾਉਂਦੇ ਵੀ ਉਹਨੂੰ ਅਲੱਗ ਅਲੱਗ ਤਰੀਕੇ ਨਾਲ ਇੱਕ ਤਰ੍ਹਾਂ ਦਾ ਨਹੀਂ ਬਣਦਾ ਹੈਗਾ ਸਾਰੇ ਪਾਸ ਉਸ 'ਚ ਸੋਸ ਵੱਖਰੀਆਂ ਵੱਖਰੀਆਂ ਪਾਉਂਦੇ ਨੇ ਫਿਰ ਉਹਦੇ 'ਚ ਮੱਛੀ ਪਾ ਲਈ ਕਈ ਕੁਛ ਪਾ ਲਿਆ ਵੀ ਉੱਦਾਂ ਦਾ ਟੇਸਟ ਉਹਨੂੰ ਤਿਆਰ ਕਰ ਲੈਂਦੇ ਨੇ ਅਤੇ ਜਿਵੇਂ ਆਪਾਂ ਰੋਟੀ ਖਾਂਦੇ ਉਵੇਂ ਪਾਸਤਾ ਖਾਂਦੇ ਨੇ ਅਤੇ ਫਿਰ ਪਾਸਤਾ ਹੈ ਇਟਲੀ ਦਾ ਜਿਹੜਾ ਪਾਸਤਾ ਉਹ ਕੰਪਲੀਟ ਨਹੀਂ ਹੁੰਦਾ ਇਹਨਾਂ ਦੀਆਂ ਸਾਰੀਆਂ ਸੋਸ ਦੀਆਂ ਤੋਂ ਬਿਨਾਂ ਵੀ ਸੋਸ ਕਿੰਨੇ ਪ੍ਰਕਾਰ ਦੀ ਬਣਾਉਂਦੇ ਨੇ ਉਸ ਤੋਂ ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਹੁਣ ਜਿਵੇਂ ਹੈਗੀਆਂ ਸਾਰੀਆਂ ਟਮਾਟਰ ਵਾਲੀਆਂ ਜਿਨ੍ਹਾਂ 'ਚ ਕੋਈ ਮਿਰਚਾਂ ਪਾਈਆਂ ਕਿਸੇ 'ਚ ਅਲੀਵੇ ਪਾਏ ਨੇ ਕਿਸੇ 'ਚ ਸਬਜ਼ੀਆਂ ਪਾਈਆਂ ਕਈਆਂ 'ਚ ਮੀਟ ਮਿਕਸ ਕੀਤਾ ਹੈ ਕਈਆਂ ਤਰ੍ਹਾਂ ਦਾ ਇਹਦਾ ਲੋਕੜੇ ਜਿਵੇਂ ਸੂਰ ਦਾ ਮੀਟ ਹੈ ਅਤੇ ਘੋਗੇ ਸਿੱਪੀਆਂ ਦਾ ਮੀਟ ਹੈ ਇਹ ਕਈ ਤਰ੍ਹਾਂ ਦੀਆਂ ਸਾਰੀਆਂ ਦੇਖਣੇ ਪਿਆ ਇਹ ਸਾਰੀਆਂ ਸੋਸ ਤਿਆਰ ਕੀਤੀਆਂ ਸਿਰਫ ਪਾਸੇ 'ਚ ਪਾਉਣ ਵਾਸਤੇ ਇਹਨਾਂ ਦਾ ਪਾਸੇ ਇਸਤੇਮਾਲ ਕਰ ਸਕਦੇ ਹਾਂ ਆਪਾਂ ਅਤੇ ਯਾਰ ਜੋ ਵੀ ਮਰਜ਼ੀ ਅੱਤ ਕਰਾਉਂਦੇ ਨੇ ਪਾਸੇ ਵਾਲੇ ਦੇ ਬਹੁਤ ਟੇਸਟੀ ਬਣਦਾ ਕਿਸੇ ਵੀ ਤਰ੍ਹਾਂ ਲੈ ਜਾਈਏ ਉਹਦਾ ਫਲੇਵਰ ਵੱਖਰਾ ਹੀ ਹੋਏਗਾ ਵੀ ਪਾਸੇ ਦਾ ਇਸਤੇਮਾਲ ਕਰਾਂਗੇ ਸ਼ੀਸ਼ੀਆਂ ਸ਼ੂਸ਼ੀਆਂ ਜਿਹੇ ਵਿੱਚ ਪਾ ਕੇ ਲਓ ਜੀ ਅਸੀਂ ਹੁਣ ਗੱਲ ਕਰਨੇ ਹਾਂ ਦੁੱਧ ਦੀ ਜਿਹਦਾ ਆਪਣੇ ਜਿਹਦੇ ਬਿਨਾਂ ਆਪਣਾ ਸਰਦਾ ਨਹੀਂ ਹੈਗਾ 99 ਸੈਂਟ ਨੂੰ ਫੁੱਲ ਫੈਟ ਵਾਲਾ ਦੁੱਧ ਮਿਲਦਾ ਇੱਥੋਂ ਅਤੇ ਇੱਥੇ ਦੁੱਧ ਵੀ ਕਈ ਪ੍ਰਕਾਰ ਦਾ ਕਈ ਤਰ੍ਹਾਂ ਦਾ ਆਪਾਂ ਦੇਖਦੇ ਹਾਂ ਸਾਰਾ ਦੁੱਧ ਹੀ ਦੁੱਧ ਲੱਗਿਆ ਵੱਖਰੇ ਵੱਖਰੇ ਮਾਰਕਿਆਂ ਦਾ ਅਤੇ ਵੱਖਰੇ ਵੱਖਰੇ ਰੇਟ ਲਿਖੇ ਹੋਏ ਨੇ ਇਹਨਾਂ ਦੇ ਜਿਵੇਂ ਮਿਨੀਮਮ 99 ਸੈਂਟ ਤੋਂ ਫੁੱਲ ਫੈਟ ਵਾਲਾ ਦੁੱਧ ਸ਼ੁਰੂ ਹੋ ਜਾਂਦਾ ਅਤੇ 1.5 ਯੂਰੋ 'ਤੇ ਲਗਭਗ ਕਿਲੋ ਦੇ ਹਿਸਾਬ ਨਾਲ ਜਾਂਦਾ ਅਤੇ ਰੇਟ ਆਪਾਂ ਕੁਝ ਲਿਖੇ ਦੇਖਦੇ ਪਿਆ ਕੀ ਚੱਲਦਾ ਵੈ ਅਤੇ ਹੁਣ ਤੱਕ ਆਪਾਂ ਇੰਨਾ ਕੁ ਸਮਾਨ ਲੈ ਚੁੱਕੇ ਹਾਂ ਜਿਹਦੇ 'ਚ ਦੁੱਧ ਦੀਆਂ ਪੇਟੀਆਂ ਦੋ ਜਿਹ 'ਚ 1, 2, 3, 4, 5, 6, 12, 14, 24 ਲੀਟਰ ਦੁੱਧ ਲਿਆ ਅਤੇ ਦੁੱਧ ਇੱਥੇ ਡੱਬਾ ਪੈਕ ਆਉਂਦਾ ਜਿਹਦੀ ਡੇਟ ਹੈ 12ਵੇਂ ਮਹੀਨੇ ਤੱਕ ਦੀ ਡੇਟ ਹੈਗੀ ਦੁੱਧ ਦੀ ਪੈਸੇ ਹੀ ਹੁਣ ਇੰਨੇ ਲੱਗ ਗਏ ਮੈਂ ਕਿਹਾ ਖੁੱਲ੍ਹ ਜਾ ਸਿਮ ਸਿਮ ਕਰਨ ਨੂੰ ਦਿਲ ਹੀ ਨਹੀਂ ਕੀਤਾ ਗਾ ਦਰਵਾਜ਼ੇ ਨੂੰ ਅਤੇ ਜੀ ਅਤੇ ਆਹ ਸਾਡਾ ਸਮਾਨ ਪੱਤਾ ਅੱਜ ਦਾ ਹੀ ਲਿਆ ਅਤੇ ਦੇਣੇ ਥੋੜ੍ਹਾ ਲੰਮਾ ਵੀ ਹੋ ਗਿਆ ਅਤੇ ਕਾਰਡ ਭਰਾ ਦਿੰਦੇ ਆ ਅਤੇ ਜੋ ਵੀ ਇੱਦਾਂ ਦਾ ਵੀ ਅਸੀਂ ਦੇਣ ਦੇ ਵਿੱਚ ਜੋ ਵੀ ਕਰਦੇ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਗਿਆ ਕੋਈ ਗੱਲਾਂ ਚੰਗੀਆਂ ਲੱਗਦੀਆਂ ਜਾਂ ਨਹੀਂ ਲੱਗਦੀਆਂ ਉਹ ਜ਼ਰੂਰ ਮਿੰਟਾਂ 'ਚ ਦੱਸਿਆ ਕਰੋ ਅਤੇ ਮਿਲਦੇ ਹਾਂ ਬੜੀ ਜਲਦੀ ਨਵੇਂ ਵਲੋਗ ਦੇ ਨਾਲ ਅਤੇ ਇਹ ਜਿਹੜਾ ਸਾਰਾ ਸਮਾਨ ਹੈ ਘਰ ਜਾ ਕੇ ਫਿਰ ਲਾਹਣਾ ਫਰਿੱਜ 'ਚ ਰੱਖਣਾ ਫਰਿੱਜ ਰੱਖਣ ਵਾਲਾ ਫਿਰ ਇੱਦਾਂ ਹੀ ਜਿਹੜੇ ਘਰ ਦੇ ਕੰਮ ਨੇ ਸਾਂਭਣ ਵਾਲੇ ਸਾਂਭਾ ਕਰਨੇ ਪੈਂਦੇ ਨੇ ਸੋ ਮਿਲਦੇ ਹਾਂ ਬੜੀ ਜਲਦੀ ਨਵੇਂ ਵਲੋਗ ਦੇ ਨਾਲ ਦਿਓ ਜਲਦ ਬਾਏ ਬਾਏ ਸਤਿ ਸ਼੍ਰੀ ਅਕਾਲ।